सर मैं कह रहूंगा कि जिस तरीके दे नाल उत्थे मीटिंग हुई पंजाब दे मुद्दे नूं लै के ਤਾਂ ਫਿਰ ਬਾਹਰ ਆ ਕੇ ਉਹਨੇ ਦੱਸਿਆ ਹਰੀ ਸ਼ਰਾਵਤ ਨੇ ਕੀ ਕੁਝ ਗੱਲਬਾਤ ਹੋਈ ਕੀ ਕੁਝ ਭਰੋਸਾ ਦਵਾਇਆ ਹਾਈ ਕਮਾਨ ਨੇ ਪੰਜਾਬ ਦੇ ਮੁੱਦਿਆਂ ਦੇ ਬਾਰੇ ਹਰੀ ਸ਼ਰਾਵਤ ਨੂੰ ਨਹੀਂ ਦੇਖੋ ਜਿਹੜੇ ਜਿਹੜੇ ਵਿਅਕਤੀ ਹਰੀ ਸ਼ਰਾਵਤ ਨੂੰ ਲੈ ਕੇ ਮਿਲੇ ਨੇ ਜੀ ਜੀ ਉਹਨਾਂ ਬਾਰੇ ਤਾਂ ਇਹ ਵੀ ਇੱਕ ਧਾਰਨਾ ਚੱਲੀ ਸੀ ਕਿ ਜੀ ਪੰਜਾਬ ਵਿੱਚ ਕੈਬਨਿਟ ਨੂੰ ਰੱਦੋ ਬਦਲ ਲੈ ਕੇ ਕੁਝ ਮੂਵ ਚੱਲ ਰਹੇ ਨੇ ਇਹਨਾਂ ਚੋਂ ਕੁਝ ਵਿਅਕਤੀ ਉਹ ਨੇ ਜਿਹੜੇ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰਦੇ ਨੇ ਤੇ ਫਿਰ ਇੱਕ ਧਾਰਨਾ ਇਹ ਬਣੀ ਕਿ ਇਹਨਾਂ ਲੋਕਾਂ ਨੇ ਜਿਹੜਾ ਇਹ ਬਗਾਵਤ ਦਾ ਬੀੜਾ ਚੁੱਕਿਆ ਹੈ ਉਹ ਇਸ ਕਰਕੇ ਚੁੱਕਿਆ ਕਿ ਉਹ ਇਸ ਗੱਲ ਨੂੰ ਯਕੀਨੀ ਦਿਵਾਉਣਾ ਚਾਹੁੰਦੇ ਨੇ ਕਿ ਸਾਡੀ ਕੁਰਸੀ ਨਾ ਜਾਵੇ ਜੀ ਇਸੇ ਕਰਕੇ ਮੈਂ ਫਰਕ ਪੈਦਾ ਕਰ ਰਿਹਾ ਸੀ ਨਾ ਕਿ ਤੁਸੀਂ ਪੰਜਾਬ ਦੇਖੋ ਜੇ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਇਹ ਕਹਿੰਦੇ ਨੇ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਨੂੰ ਬਦਲਣ ਦੀ ਲੋੜ ਇਸ ਕਰਕੇ ਹੈ ਕਿ ਜਿਹੜੇ ਮੁੱਦਿਆਂ ਕਰਕੇ ਅਸੀਂ ਪਹਿਲਾਂ ਕੈਪਟਨ ਦੀ ਸਰਕਾਰ ਦਾ ਵਿਰੋਧ ਕਰਦੇ ਰਹੇ ਤੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਏ ਉਹਨਾਂ ਮੁੱਦਿਆਂ ਤੇ ਅੱਜ ਵੀ ਉਸ ਤਰੀਕੇ ਨਾਲ ਪ੍ਰੋਗਰੈਸ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਪ੍ਰੋਗਰੈਸ ਹੋਣੀ ਚਾਹੀਦੀ। ਫਿਰ ਤਾਂ ਇੱਕ ਦਲੀਲ ਬਣਦੀ ਹੈ, ਫਿਰ ਤਾਂ ਇੱਕ ਰੈਸ਼ਨਲ ਬਣਦਾ। ਜਿਹੜੇ ਵਿਅਕਤੀ 4.5 ਸਾਲ ਅਹਿਮ ਪੋਜੀਸ਼ਨਾਂ ਤੇ ਰਹੇ ਉਹਨਾਂ ਦੇ ਵਿਰੋਧ ਵਿੱਚ ਉਹ ਜਾਣ ਨਹੀਂ ਪੈਂਦੀ। ਸੋ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਜੇ ਉਹਨਾਂ ਦੀ ਸੁਣਵਾਈ ਹੋਈ ਹੈ ਉਹਦਾ ਕੰਟੈਕਸਟ ਕੀ ਹੈ ਕਿ ਜੀ ਦੇਖੋ ਤੁਹਾਡੇ ਤੁਸੀਂ ਮੰਤਰੀ ਹੈਗੇ ਹੋ, ਤੁਸੀਂ ਮੰਤਰੀ ਰਹੋਗੇ ਜੀ, ਤੇ ਜੇ ਸੁਣਵਾਈ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦੇ ਪਲੇਟਫਾਰਮ ਤੋਂ ਹੁੰਦੀ ਹੈ ਕਿ ਲੋਕੋ ਜੀ ਦੇਖੋ ਜੀ ਅਸੀਂ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਉਹਦੇ ਪਿੱਛੇ ਸਾਡਾ ਆਹ ਏਜੰਡਾ ਸੀਗਾ, ਉਹ ਏਜੰਡਾ ਤਾਂ ਪੂਰਾ ਹੁੰਦਾ ਕਿ ਜੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਦੀ ਕਾਰਗੁਜ਼ਾਰੀ ਇੰਪਰੂਵ ਹੋਵੇ, ਕਾਂਗਰਸ ਦੀ ਕਾਰਗੁਜ਼ਾਰੀ ਕੋਈ ਸਪੀਡ ਭਰੇ। ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ। ਦੋ ਸੰਦਰਭ ਨੇ, ਇੱਕ ਸੰਦਰਭ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਨੇ, ਉਹ ਸੂਬੇ ਦੇ ਮੁੱਖ ਮੰਤਰੀ ਕੋਲ ਜਾਂਦੇ ਨੇ, ਜਾ ਕੇ ਇੱਕ ਮੁੱਦਾ ਰੇਜ਼ ਕਰਦੇ ਨੇ ਤੇ ਨਵਜੋਤ ਸਿੰਘ ਸਿੱਧੂ ਆ ਕੇ ਮੁੜ ਕੇ ਡਿਕਲੇਅਰ ਕਰਦੇ ਨੇ ਕਿ ਆਹ ਮੁੱਦੇ ਮੈਂ ਪੰਜਾਬ ਦੇ ਮੁੱਖ ਮੰਤਰੀ ਕੋਲ ਰੇਜ਼ ਕੀਤੇ ਨੇ, ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਹਨਾਂ 'ਤੇ ਕੋਈ ਪ੍ਰੋਗਰੈਸ ਹੋਏਗੀ। ਤੇ ਬਾਅਦ ਵਿੱਚ ਨਜ਼ਰ ਆਵੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਹੜੇ ਮੁੱਦੇ ਪਾਰਟੀ ਪ੍ਰਧਾਨ ਨੇ ਰੇਜ਼ ਕੀਤੇ ਉਹਨਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਜੀ ਕੋਈ ਕੋਈ ਪੋਲਿਸੀ ਇਨੀਸ਼ੀਏਟਿਵ ਲਿਆ, ਕੋਈ ਡਿਸੀਜਨ ਲਿਆ, ਕੋਈ ਫੈਸਲਾ ਕੀਤਾ ਹੈ ਜੀ, ਫਿਰ ਕਾਂਗਰਸ ਦੀ ਵਰਕਿੰਗ ਵਿੱਚ ਇੰਪਰੂਵਮੈਂਟ ਦੇ ਆਧਾਰ ਤੇ ਕਾਂਗਰਸ ਆਉਣ ਵਾਲੀਆਂ ਚੋਣਾਂ ਵਿੱਚ ਲਾਹਾ ਲੈ ਸਕਦੀ ਹੈ। ਫਿਰ ਇਸ ਗੱਲ ਦੀ ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਬੈਟਰ ਫੋਰ। ਦੂਜੀ ਸਥਿਤੀ ਜਿਹੜੀ ਆਪਾਂ ਵਾਰ ਵਾਰ ਕਰਦੇ ਹਾਂ ਕਿ ਮੁੱਖ ਮੰਤਰੀ ਦੇ ਬਦਲਾਅ ਵਾਲੇ ਪਾਸੇ ਗੱਲ ਚੱਲੇ ਹੈ ਜੀ, ਬਦਲਾਅ ਵਾਲੇ ਪਾਸੇ ਗੱਲ ਜੇ ਚੱਲਣਾ ਤੇ ਫਿਰ ਉਹ ਬਦਲਾਅ ਇਹ ਨਹੀਂ ਹੈਗਾ ਕਿ ਜਿਹਨੂੰ ਮਰਜ਼ੀ ਤੁਸੀਂ ਚੀਫ ਮਿਨਿਸਟਰ ਬਣਾ ਦਿਓ, ਫਿਰ ਉਸ ਬਦਲਾਅ ਵਿੱਚੋਂ ਜਾਂ ਤਾਂ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਬਣੇ ਹੈ ਜੀ, ਜਿਹੜਾ ਨਵਜੋਤ ਸਿੰਘ ਸਿੱਧੂ ਤੜਪ ਰਿਹਾ ਕਿ ਪੰਜਾਬ ਦਾ ਕੁਝ ਸੰਵਰੇ, ਜਿਹੜਾ ਨਵਜੋਤ ਸਿੰਘ ਸਿੱਧੂ ਇਸ ਕਰਕੇ ਗੁੱਸੇ 'ਚ ਹੈ ਕਿ ਪੰਜਾਬ ਦਾ ਕੁਝ ਸੰਵਰਿਆ ਨਹੀਂ, ਪੰਜਾਬ ਦਾ ਕੁਝ ਬਣਿਆ ਨਹੀਂ, ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ, ਪੰਜਾਬ ਦੀਆਂ ਸਮੱਸਿਆਵਾਂ ਉੱਥੇ ਹੀ ਖੜੀਆਂ ਨੇ, ਰਾਦਰ ਹੋਰ ਗੰਭੀਰ ਰੂਪ ਧਾਰਨ ਕਰ ਗਈਆਂ ਨੇ। ਸੋ ਜਾਂ ਫਿਰ ਉਸ ਵਿਅਕਤੀ ਨੂੰ ਮੌਕਾ ਦਿੱਤਾ ਜਾਵੇ ਜਾਂ ਉਸ ਵਿਅਕਤੀ ਦੀ ਗੋਡਿੰਗ ਕਰਕੇ ਐਫਰਟਸ ਕਰਕੇ ਸਰਕਾਰ ਦੀ ਫੰਕਸ਼ਨਿੰਗ ਇੰਪਰੂਵ ਹੋਵੇ। ਸੋ ਇਸ ਕਰਕੇ ਜਿਹੜੀ ਦਿੱਲੀ ਦੀ ਮੀਟਿੰਗ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਵਿਅਕਤੀਆਂ ਨੇ ਉਸ ਜਿਹੜੇ ਮੰਤਰੀਆਂ ਨੇ ਉਸ ਡੈਲੀਗੇਸ਼ਨ ਨੂੰ ਲੀਡ ਕੀਤਾ ਉਹਨਾਂ ਦੀਆਂ ਜਿਹੜੀਆਂ ਜਾਤੀ ਉਹਨਾਂ ਦੇ ਜਿਹੜੇ ਹੈਗੇ ਨੇ ਮੁੱਦੇ ਉਹ ਤਾਂ ਵੱਧ ਵੱਧ ਇਹੀ ਹੋਣਗੇ ਨੇ ਕਿ ਜੀ ਜੇ ਕੱਲ੍ਹ ਨੂੰ ਕੈਬਨਿਟ ਵਿੱਚ ਰੱਦੋ ਬਦਲ ਹੁੰਦਾ ਸਾਡੀ ਪੋਜੀਸ਼ਨ ਸਿਕਿਓਰ ਹੋਵੇ ਜੀ। ਬਿਲਕੁਲ, ਇੱਕ ਸਰ ਹੋਰ ਇੱਕ ਅਹਿਮ ਫੈਸਲਾ ਲਿਆ ਗਿਆ ਜਿਸ ਤਰੀਕੇ ਦੇ ਨਾਲ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਬਿਆਨ ਆਇਆ ਕਿ ਭਾਈ ਮੈਂ ਪੰਜਾਬ ਦੇ ਨਾਲ ਜਿਹੜੇ ਵਾਅਦੇ ਪੂਰੇ ਕੀਤੇ ਹੋਏ ਸੀਗੇ, ਵਾਅਦੇ ਜਿਹੜੇ ਕੀਤੇ ਹੋਏ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਹ ਪੂਰੇ ਕਰਾਉਣੇ ਆ ਹਰ ਹਾਲਤ ਦੇ ਵਿੱਚ, ਜੇ ਮੈਂ ਨਾ ਕਰਵਾ ਸਕਿਆ ਤਾਂ ਫਿਰ ਮੇਰੀ ਪ੍ਰਧਾਨਗੀ ਕਿਸ ਕੰਮ ਦੀ। ਉਹ ਕਹਿੰਦੇ ਜੇਕਰ ਮੈਨੂੰ ਦੇ ਵਿੱਚ ਰੋਕਿਆ ਗਿਆ, ਜੇਕਰ ਮੈਨੂੰ ਫੈਸਲੇ ਲੈਣ ਦੀ ਖੁੱਲ ਨਾ ਦਿੱਤੀ ਗਈ ਹਾਈਕਮਾਨ ਦੇ ਵੱਲੋਂ ਤਾਂ ਮੈਂ ਇੱਟਾਂ ਇੱਟ ਖੜਕਾ ਦੂੰਗਾ। ਤਾਂ ਉਧਰੋਂ ਹੁਣ ਹਰੀਸ਼ ਰਾਵਤ ਜਿਹੜੇ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਆਏ ਆ, ਉਹ ਬਾਹਰ ਆ ਕੇ ਬਿਆਨ ਦੇ ਦਿੰਦੇ ਆ ਕਿ ਭਾਈ ਨਵਜੋਤ ਸਿੰਘ ਸਿੱਧੂ ਨੂੰ ਖੁੱਲੀ ਛੁੱਟ ਹੈ। ਇਹਦਾ ਮਤਲਬ ਕੀ ਸਮਝਦੇ ਹੋ ਤੁਸੀਂ? ਦੇਖੋ ਜੇ
टिपिकल प्रोटोकॉल की गल करिए, कैदे कानून की गल करिए, खुली छुट्टी का मतलब यह है कि जो फ्रीडम पार्टी प्रधान नूं पार्टी नाल संबंधित फैसले लैण लई दित्ती जा सकदी आ उसी नवजोत सिंह सिद्धू नूं दित्ती है। उस खुल उस फ्रीडम का मतलब यह नहीं बनता कि वह कुछ भी सरकार तो करवा सकते हैं, क्योंकि सरकार होर चीज है, पार्टी होर चीज है। हाँ, यह अलग गल है कि पार्टी की सफलता लई पार्टी प्रधान की खुल का मतलब है कि प्रधान पार्टी के अंदर जिन्हों मर्जी अपना एडवाइजर लावे, जिन्हों मर्जी अपना जनरल सैकटरी बनावे जी, ते जो तुसी डिस्ट्रिक्ट लेवल ते जिम्मेवारियां देनियां ने, जे तुसी स्टेट लेवल ते जिम्मेवारियां देनियां ने पार्टी दीआं, उत्थे प्रधान जिहड़ा है ओह बिल्कुल इंडिपेंडेंट है, खुदमुख्तियार है। ओह खुल दा मतलब हैगा इह, खुल दा मतलब इह नहीं हैगा कि नवजोत सिंह सिद्धू नूं कांग्रेस हाई कमांड ने सरकार दे फैसले कंट्रोल करन दी ताकत देती है, कंट्रोल ते हां प्रभावित करना तां सुभाविक गल है, तुहाडी सरकार है, कांग्रेस पार्टी दी सरकार है, ਤੇ ਤੁਸੀਂ ਕਾਂਗਰਸ ਦੇ ਪ੍ਰਧਾਨ ਹੋ, ਕਾਂਗਰਸ ਦੇ ਪ੍ਰਧਾਨ ਹੁੰਦੇ ਆ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਨੂੰ ਭੁੱਖ ਦੇ ਰੂਪ ਦੇ ਵਿੱਚ ਦੇਖ ਸਕਦੀ ਹੈ, ਕਾਂਗਰਸ ਦਾ ਭੁੱਖ ਦੇਖ ਰਹੀ ਹੈ, ਕਿਉਂਕਿ ਜਦੋਂ ਪਹਿਲਾਂ ਹਨੀ ਸ਼ਰਾਵਤ ਆਏ ਸੀ ਉਹ ਵੀ ਇਹੀ ਗੱਲਾਂ ਕਹਿੰਦੇ ਹੁੰਦੇ ਸੀਗੇ ਕਿ ਭਾਈ ਅੱਜ ਦੇ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕਾਂਗਰਸ ਦਾ ਭੁੱਖ ਨੇ, ਤਾਂ ਜਿਸ ਤਰੀਕੇ ਦੇ ਨਾਲ ਫੈਸਲੇ ਲਏ ਜਾ ਰਹੇ ਆ, ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਟੀਮ ਤਿਆਰ ਕਰਨ ਦੇ ਲਈ, ਜਥੇਬੰਦਕ ਢਾਂਚਾ ਤਿਆਰ ਕਰਨ ਦੇ ਲਈ ਪੂਰਨ ਤਰੀਕੇ ਦੇ ਨਾਲ ਖੁੱਲ ਦਿੱਤੀ ਜਾ ਰਹੀ ਹੈ, ਤਿਆਰੀ ਕੀਤੀ ਜਾ ਰਹੀ ਹੈ ਇੱਕ ਤਰੀਕੇ ਦਾ ਨਵਜੋਤ ਸਿੰਘ ਸਿੱਧੂ ਦੇ ਤਰੀਕੇ ਦੇ ਨਾਲ ਹੀ 2022 ਦੀਆਂ ਚੋਣਾਂ ਦੇ ਲਈ। ਸੁਰਿੰਦਰ, ਜੇ ਨਵਜੋਤ ਸਿੰਘ ਸਿੱਧੂ ਭਵਿੱਖ ਦਾ ਮੁੱਖ ਮੰਤਰੀ ਕਾਂਗਰਸ ਨਹੀਂ ਪੇਸ਼ ਕਰ ਰਹੀ, ਫਿਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਕੋਈ ਮਤਲਬ ਨਹੀਂ ਹੈਗਾ ਜੀ। ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਪ੍ਰਧਾਨ ਬਣਦਾ ਰੈਸ਼ਨੇਲ ਜਸਟੀਫਿਕੇਸ਼ਨ ਮਤਲਬ ਇੱਕੋ ਸੂਰਤ ਵਿੱਚ ਪੈਦਾ ਹੁੰਦਾ ਹੈ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਇਸ ਵਿਅਕਤੀ ਨੂੰ ਸੰਭਾਵੀ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕਰਨਾ ਹੈ। ਮਤਲਬ ਇਹ ਬਣਦਾ ਹੈ ਕਿ 2022 ਦੀਆਂ ਚੋਣਾਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਬਣਾ ਕੇ ਲੜਨੀਆਂ ਨੇ। ਮੈਂ ਤਾਂ ਬਹੁਤ ਹੈਰਾਨ ਹੋਵਾਂਗਾ, ਮੈਂ ਤਾਂ ਰਾਦਰ ਇਸ ਗੱਲ ਤੇ ਮੈਨੂੰ ਕੋਈ ਚੀਜ਼ ਮਤਲਬ ਜਿਹਨੂੰ ਕਹਿੰਦੇ ਟੋਟਲੀ ਕਨਫਿਊਜ਼ਡ, ਜੇ ਕਾਂਗਰਸ 2022 ਦੀਆਂ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕੈਂਡੀਡੇਟ ਨਹੀਂ ਬਣਾਉਂਦੀ, ਫਿਰ ਨਵਜੋਤ ਸਿੰਘ ਸਿੱਧੂ ਵਰਗੇ ਵਿਅਕਤੀ ਨੂੰ ਪ੍ਰਧਾਨ ਬਣਾ ਕੇ ਕੁਝ ਨਹੀਂ ਸਵਰਦਾ। ਕਿਉਂਕਿ ਤੁਸੀਂ ਦੇਖੋ ਨਾ, ਨਵਜੋਤ ਸਿੰਘ ਸਿੱਧੂ ਉਹ ਵਿਅਕਤੀ ਹੈ ਜਿਹੜਾ ਜਿਹਨੂੰ ਕਹਿੰਦੇ ਨੇ ਰੈਸਲੈਸ ਜੀ, ਜਿਹੜਾ ਬੰਦਾ ਬੇਚੈਨ ਹੈ। ਕਿਸ ਗੱਲ ਲਈ ਬੇਚੈਨ ਹੈ ਕਿ ਆਹ ਗੱਲਾਂ ਯਾਰ ਇੰਨੇ ਸਮੇਂ ਤੋਂ ਹੋਈਆਂ ਹੀ ਨਹੀਂ। ਜਿਹੜਾ ਵਿਅਕਤੀ ਇੰਨਾ ਬੇਚੈਨ ਹੈ ਉਹਨੂੰ ਤੁਸੀਂ ਪਾਰਟੀ ਪ੍ਰਧਾਨ ਬਣਾ ਕੇ ਨਾ ਜੀ ਦਿਖਾਵੇ ਦੇ ਤੌਰ ਤੇ ਨਹੀਂ ਰੱਖ ਸਕਦੇ। ਜਿਹੜੀ ਦਰਸ਼ਨੀ ਘੋੜੇ ਦੀ ਤੁਸੀਂ ਗੱਲ ਕਰਦੇ ਹੋ, ਨਵਜੋਤ ਸਿੰਘ ਸਿੱਧੂ ਦੀ ਫਿਤਰਤ ਨਹੀਂ ਹੈਗੀ ਦਰਸ਼ਨੀ ਘੋੜਾ ਬਣਨਾ। ਜੇ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਪਾਸ ਦੇਖੋ ਜੀ, ਜਿਹੜੇ ਜਿਵੇਂ 2014 ਵਿੱਚ ਇਸ ਮੁੱਦੇ ਤੇ ਬੀਜੇਪੀ ਆਪਣੇ ਨਵਜੋਤ ਸਿੰਘ ਸਿੱਧੂ ਛੱਡ ਗਏ ਕਿ ਕਹਿੰਦੇ ਵੀ ਤੁਸੀਂ ਅੰਮ੍ਰਿਤਸਰ ਛੱਡ ਕੇ ਪਤਾ ਨੀ ਕਿੱਥੋਂ ਹੋਰ ਚੋਣ ਲੜ ਲਓ ਜੀ, ਉਹ ਕਹਿੰਦੇ ਜਾਂ ਮੈਂ ਚੋਣ ਅੰਮ੍ਰਿਤਸਰ ਤੋਂ ਲੜਾਂਗਾ ਜਾਂ ਕਿਤੋਂ ਨੀ ਲੜਾਂਗਾ ਜੀ। ਰੂਲਿੰਗ ਪਾਰਟੀ ਸੀਗੀ, ਕਿਤੇ ਵੀ ਅਕੋਮੋਡੇਟ ਕੀਤਾ ਜਾ ਸਕਦਾ ਸੀਗਾ ਹੈ ਜੀ, ਪਰ ਨਵਜੋਤ ਸਿੰਘ ਸਿੱਧੂ ਨੇ ਇਸ ਚੀਜ਼ ਨੂੰ ਲੈ ਕੇ ਐਡਾ ਵੱਡਾ ਵਿਰੋਧ ਕੀਤਾ ਜੀ, ਜਿਹਦਾ ਸਿੱਟਾ ਸੋ ਨਵਜੋਤ ਸਿੰਘ ਸਿੱਧੂ ਬੇਸਿਕਲੀ ਉਸ ਕਿਸਮ ਦਾ ਵਿਅਕਤੀ ਨਹੀਂ ਹੈਗਾ ਜਿਹਨੂੰ ਤੁਸੀਂ ਉਹ ਜਿਹੜਾ ਕਵੇ ਕਿ ਲਓ ਜੀ ਮੈਂ ਤਾਂ ਪਾਰਟੀ ਦਾ ਪ੍ਰਧਾਨ ਬਣ ਗਿਆ, ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨਾ ਬਹੁਤ ਵੱਡੀ ਚੀਜ਼ ਹੈ, ਇਸ ਕਰਕੇ ਏਦਾਂ ਦੀ ਗੱਲ ਨਹੀਂ। ਸੋ ਇੱਕ ਹੋਰ ਚੀਜ਼ ਹੈਗੀ, ਕਾਂਗਰਸ ਇਸ ਵੇਲੇ ਮੁਲਕ ਵਿੱਚ ਬਹੁਤ ਹਾਸ਼ੀਏ ਤੇ ਚਲੀ ਗਈ ਹੈ, ਬੜੀ ਮਾਰਜਨ ਤੇ ਚਲੀ ਗਈ ਹੈ। ਜੇ ਕਾਂਗਰਸ ਫਰਜ਼ ਅੱਛਾ ਰਾਜਸਥਾਨ ਦਾ ਇਹ ਕਲਚਰ ਹੈ ਕਿ ਉੱਥੇ ਲਗਾਤਾਰ ਇੱਕੋ ਪਾਰਟੀ ਦੋ ਵਾਰ ਪਿਛਲੇ ਬੜੇ ਸਮੇਂ ਤੋਂ ਨਹੀਂ ਆਈ ਜੀ, ਤੇ ਛੱਤੀਸਗੜ੍ਹ ਚ ਵੀ ਚਲੋ ਕਈ ਚਿਰ ਤੋਂ ਬਾਅਦ ਕਾਂਗਰਸ ਪਾਵਰ ਚ ਆਈ ਹੈ। ਪੰਜਾਬ ਦੀ ਇਲੈਕਸ਼ਨ ਜਿਹੜੀ ਅਗਲੇ ਸਾਲ ਹੋਣੀ ਹੈ, ਜੇ ਪੰਜਾਬ ਵਿੱਚ ਕਾਂਗਰਸ ਹਾਰ ਜਾਂਦੀ ਹੈ ਜੀ, ਫਿਰ ਕਾਂਗਰਸ ਕੋਲ ਦਿਖਾਉਣ ਲਈ ਕਿਹੜਾ ਸਟੇਟ ਹੈਗਾ
इस करके जदों हुण कांग्रेस दा सर्वाइवल जिहड़ा ओह एट स्टेक है नवजोत सिंह सिद्धू वर्गे व्यक्तियां दी जिहड़े व्यक्ति कांग्रेस नूं रिवाइव कर सकदे ने दी लोड़ है दी लोड़ है। सो मैं जाती तौर पर महसूस करदा कि कांग्रेस हाई कमांड ने शायद इस गल नूं विचारिया होवे इस गल नूं उधार बनाया होवे कि वह व्यक्ति जिहड़ा कांग्रेस नूं रिवाइव कर सकदा वह नवजोत सिंह सिद्धू है। सो कहने का मतलब यह है कि जे जे ये चीजा ने फिर 2022 विच नवजोत सिंह कैंडिडेट होएगा बिल्कुल बिल्कुल होएगा। जे नहीं होएगा फिर मैं तो समझांगा कि ये बड़ा ये जो चलो कह दें आप बड़ा स्टुपिड किस्म का फैसला है कि तुम इस व्यक्ति प्रधान बनाने हो तो जेड़ा दर्शनी घोड़ा ना कदे पहला बनिया ना हुण बनना है फिर कोई गल नहीं बनती। बिल्कुल तो सब तुम इस प्रोग्राम जुड़े इन अहम खबर से गलबात की थी। बहुत बहुत धन्यवाद जी।